ਦੀਦੀ ਮੌਸਮ ਕਿੱਡਾ ਸੋਹਣਾ ਹੋਇਆ ਨਾ ਅੱਜ, ਹੋਰ ਕੀ, ਕਿੰਨਾ ਮਜ਼ਾ ਆਉਂਦਾ ਗਾਰਡਨ ਦੇ ਵਿੱਚ। ਉਸ ਤਰ੍ਹਾਂ ਗਰਮੀ ਦੇ ਵਿੱਚ ਤੇ ਖੜੇ ਨਹੀਂ ਹੋਇਆ ਜਾਂਦਾ, ਨਹੀਂ ਹੋਇਆ ਜਾਂਦਾ, ਤੇ ਅੱਜ ਵੇਖੋ ਕਿੰਨਾ ਜ਼ਿਆਦਾ ਮਜ਼ਾ ਆਉਂਦਾ ਵਾ। ਤੇ ਗਰਾਸ ਕਟਿੰਗ ਵਾਲਾ ਵੀ ਆ ਗਿਆ, ਉਹ ਵੀ ਗਰਾਸ ਕੱਟ ਕਰਨ ਦਿਆ। ਤੇ ਹਾਂ ਵੇਖੋ ਅੰਬੀਆਂ ਲੱਗ ਵੀ ਗਈਆਂ ਜੇ, ਹਾਂ ਮੈਂ ਵੀ ਆਹੀ ਵੇਖਦੀ ਪਈ ਆ, ਵੇ ਕਿੰਨੀਆਂ ਸੋਹਣੀਆਂ ਲੱਗ ਗਈਆਂ। ਹਾਂਜੀ ਦੀਦੀ, ਤੇ ਇੱਧਰ ਮਸੰਮੀਆਂ ਜੇ ਹੋਈਆਂ ਨਹੀਂ, ਛੋਟੀਆਂ ਹੀ ਹੈਗੀਆਂ ਵਾ, ਹੈ ਨਾ। ਤੇ ਨਾਲੇ ਤੁਹਾਡਾ ਤੇ ਵਧੀਆ ਵਾ, ਤੁਸੀਂ ਤੇ ਲਾਗੇ ਰਹਿੰਦੇ ਜੇ, ਲੈ ਜਾਂਦੇ ਹੋਣੇ ਆ, ਚਟਨੀ ਬਣਾਉਂਦੇ। ਮੈਨੂੰ ਪਤਾ ਤੁਹਾਡੀ ਫੇਵਰੇਟ ਹੈਗੀ ਅੰਬ ਦੀ ਚਟਨੀ, ਹੋਰ ਕੀ, ਮੈਨੂੰ ਤਾਂ ਫਾਇਦਾ ਹੀ ਬੜਾ। ਮੈਂ ਤਾਂ ਨਿੰਬੂ ਵੀ ਕਿੰਨੇ ਵੇਲੇ ਮੰਮੀ ਦੇ ਦਿੰਦੇ ਆ, ਲੈ ਜਾਂਦੀ ਆ, ਮੇਰੀ ਸੱਸ ਅਚਾਰ ਪਾ ਲੈਂਦੀ ਆ, ਤੇਰਾ ਹੀ ਸਗੋਂ ਹਰ ਵਾਰੀ ਰਹਿ ਜਾਂਦਾ। ਤੁਹਾਡੀਆਂ ਤੇ ਮੋਜਾਂ ਨਾ, ਮੇਰਾ ਤੁਹਾਨੂੰ ਪਤਾ ਦੂਰ ਦਾ ਇਹੋ ਹੀ ਰਹਿੰਦਾ, ਕਦੋਂ ਆਈਏ ਕਦੋਂ ਆਈਏ, ਬੱਚਿਆਂ ਦੇ ਵਿੱਚ ਫਸ ਜੀਦਾ, ਫਿਰ ਘਰ ਦੇ ਕੰਮਾਂ 'ਚ ਫਸ ਜੀਦਾ, ਟਾਈਮ ਹੀ ਨਹੀਂ ਲੱਗਦਾ। ਚੱਲ ਤੂੰ ਵੀ ਚੱਕਰ ਲਾ ਲਿਆ ਕਰ ਨਾ ਜਲਦੀ ਜਲਦੀ। ਦੀਦੀ ਤੁਹਾਨੂੰ ਪਤਾ ਇੰਨਾ ਟਾਈਮ ਹੁੰਦਾ ਹੀ ਨਹੀਂ, ਅਜੇ ਦੋ ਕੁ ਛੁੱਟੀਆਂ ਵੀ ਹੋਣ ਨਾ, ਫਿਰ ਵੀ ਮੈਂ ਸੋਚਦੀ ਹਾਂ ਕਿ ਫਿਰ ਕਿੱਥੇ ਆਉਣਾ, ਐਡਾ ਬੈਗ ਚੁੱਕ ਕੇ ਆਵਾਂਗੀ, ਫਿਰ ਦੋ ਇੱਕ ਦਿਨ ਬਾਅਦ ਫਿਰ ਵਾਪਸ ਜਾਣਾ ਪੈਣਾ। ਇਸ ਕਰਕੇ ਮੈਂ ਫਿਰ ਆਪਣਾ ਪਲਾਨ ਰਹਿਣ ਦਿੰਦੀ ਹਾਂ, ਕਿੰਨੀ ਦੇਰ ਬਾਅਦ ਆਪਾਂ ਦੋਵੇਂ ਮਿਲਣਦੇ ਹਾਂ ਨਾ। ਚੱਲ ਕੋਈ ਗੱਲ ਨਹੀਂ, ਹੁਣ ਅੰਬੀਆਂ ਲੱਗੀਆਂ ਨਾ, ਆਹ ਤੂੰ ਲੈ ਜਾਈ ਥੋੜ੍ਹੀਆਂ ਜੀਆਂ। ਤੁਸੀਂ ਮੈਨੂੰ ਨਾ ਜਿਹੜੀ ਇਹਦੀ ਚਟਨੀ ਬਣਾ ਕੇ ਦੇ ਜਾਓ, ਮੈਂ ਡੱਬੇ 'ਚ ਪਾ ਕੇ ਲੈ ਜਾਂਗੀ। ਹਾਂ ਮੰਮੀ ਨੂੰ ਕਹਿ ਦਿੰਦੇ ਹਾਂ, ਮੰਮੀ ਬਣਾ ਦਿੰਦੇ ਆ ਚਟਨੀ। ਸਹੀ ਗੱਲ, ਮੈਂ ਵੀ ਲੈ ਆਵਾਂਗੀ ਤੇ ਤੂੰ ਲੈ ਨਾ। ਇੱਕ ਹੋਰ ਗੱਲ ਹੈਗੀ, ਵਿਆਹ ਤੋਂ ਬਾਅਦ ਕਿੰਨਾ ਕੁਝ ਚੇਂਜ ਹੋ ਜਾਂਦਾ ਨਾ। ਪਹਿਲਾਂ ਉਹੀ ਭੈਣਾਂ ਉਹੀ ਭਰਾ ਸਾਰੇ ਇਕੱਠੇ ਰਹਿੰਦੇ ਆ, ਤੇ ਬਾਅਦ 'ਚ ਇੱਕ ਦੂਜੇ ਦੇ ਮਹਿਮਾਨ ਬਣ ਜਾਂਦੇ। ਵੇਖ ਲੈ, ਨਹੀਂ ਤਾਂ ਜਿਵੇਂ ਤੂੰ ਕਾਲਜ ਤੋਂ ਲੇਟ ਆਉਂਦੀ ਸੀ, ਮੈਂ ਲੇਟ ਆਉਂਦੀ ਸੀ, ਕਿਵੇਂ ਫੋਨ ਕਰੀਦਾ ਸੀ, ਕਿੱਥੇ ਰਹਿ ਗਈ ਆ, ਚਲ ਆ ਸ਼ਾਮੀ ਘੁੰਮਣ ਚੱਲੀਏ। ਤੇ ਹੁਣ ਵੇਲਾ ਕਿੰਨੇ ਕਿੰਨੇ ਦਿਨ ਫੋਨ ਕਰਨ ਦਾ ਟਾਈਮ ਨਹੀਂ ਲੱਗਦਾ, ਟਾਈਮ ਨਹੀਂ ਲੱਗਦਾ, ਤੇ ਕਿੰਨੇ ਮਹੀਨਿਆਂ ਬਾਅਦ ਆਪਾਂ ਮਿਲੀਦਾ ਵਾ। ਹੋਰ ਕੀ, ਚੱਲ ਸ਼ੁਕਰ ਅੱਜ ਇਕੱਠੇ ਹੋ ਗਏ ਅਸੀਂ। ਹਾਂਜੀ ਦੀਦੀ, ਤੁਸੀਂ ਤੇ ਫੇਰ ਰਹਿਣਾ ਹੋਣਾ ਨਾ। ਮੈਂ 2 ਕੁ ਦਿਨ ਨਹੀਂ ਰਹਿਣਾ ਮੈਂ। ਅੱਛਾ, ਤੂੰ ਮੇਰਾ ਵੇਖੋ, ਮੇਰਾ ਤਾਂ ਫੋਨ ਵੀ ਆ ਗਿਆ ਵਾ। ਉਹ ਨਹੀਂ ਹੁਣ ਆਈ ਆ, ਤੇ ਹੁਣ ਤੂੰ ਹਫਤਾ ਤੇ ਰਹਿ ਲੈ। ਉਹ ਤੇ ਠੀਕ ਆ, ਪਰ ਘਰ ਵੀ ਨਹੀਂ ਨਾ ਚੱਲਣ ਦਿਆ, ਤੁਹਾਨੂੰ ਪਤਾ ਵਾ ਕਿ ਇਹਨਾਂ ਨੂੰ ਫਿਰ ਮੇਰੇ ਹੱਥ ਦਾ ਵਧੀਆ ਲੱਗਦਾ, ਤੇ ਮੰਮੀ ਫਿਰ ਇਕੱਲੇ ਇੰਨਾ ਕੁਛ ਕਰ ਨਹੀਂ ਸਕਦੇ। ਤੂੰ ਕਹਿ ਕੇ ਆਉਣਾ ਸੀ ਨਾ, ਮੈਂ ਹਫਤੇ ਤੱਕ ਆਵਾਂਗੀ। ਹਫਤਾ ਤੇ ਔਖਾ ਹੀ ਆ ਦੀਦੀ, ਇੱਕ ਦਿਨ ਵੇਖਾਂਗੇ ਐਕਸਟਰਾ ਤੁਹਾਡੇ ਕਰਕੇ ਮੈਂ ਰਹਿ ਲਾਂਗੀ, ਪਰ ਹਫਤਾ ਔਖਾ ਹੀ ਆ। ਚੱਲ ਠੀਕ ਆ, ਤੇ ਅੱਜ ਕਿੰਨੀ ਦੇਰ ਬਾਅਦ ਮੰਮੀ ਦੇ ਹੱਥ ਦੀ ਚਾਹ ਪੀਨੇ ਨਾ ਆਪਾਂ। ਚਾਹ ਬੜੀ ਸਵਾਦ ਹੀ, ਉੱਤੋਂ ਮੌਸਮ ਵਧੀਆ ਨਾ, ਮਜ਼ਾ ਬੜਾ ਆਉਂਦਾ। ਮੌਸਮ ਤੇ ਬਹੁਤ ਵਧੀਆ, ਮਜ਼ਾ ਤੇ ਬਹੁਤ ਆਉਂਦੇ ਵਾ। ਜੀ ਤੇ ਕਹਿੰਦਾ ਇੱਥੇ ਹੀ ਆਪਾਂ ਨਾ, ਉਹ ਕੀ ਕਹਿੰਦੇ, ਕੁਰਸੀਆਂ ਡਾਹ ਕੇ ਬਹਿ ਜਾਈਏ, ਤੇ ਜਿੱਦਾਂ ਆਪਾਂ ਪਹਿਲਾਂ ਕਰਦੇ ਹੁੰਦੇ ਸੀ, ਚਾਹ ਸਨੈਕਸ ਲੈਣੇ, ਸਮੋਸੇ ਲੈਣੇ, ਇੱਥੇ ਬਹਿ ਕੇ ਬਸ ਖਾਈ ਪੀ ਜਾਣਾ, ਤੇ ਹੋਰ ਕੁਛ ਵੀ ਨਹੀਂ ਕਰਨਾ ਕੰਮ। ਇੰਝ ਕਰਦੇ, ਮੰਮੀ ਨੂੰ ਕਹਿੰਦੇ ਆ ਚਾਹ ਜੀ ਬਣਾ ਲਈ ਆ ਨਾ, ਹੁਣ ਠਹਿਰ ਕੇ ਜੋ ਸਨੈਕਸ ਬਣਾਉਣਾ, ਪਕੌੜੇ ਪਕੌੜੇ ਕੱਢ ਕੇ, ਤੇ ਇੱਥੇ ਹੀ ਮੰਜਾ ਡਾ ਕੇ ਬਹਿ ਜਾਂਦੇ। ਸਹੀ ਕਹਿ, ਜੇ ਪਕੌੜੇ ਨਹੀਂ ਬਣਾਉਣੇ ਤੇ ਮੰਮੀ ਨੂੰ ਕਹਾਂਗੇ ਸਮੋਸੇ ਲੈ ਆਇਓ, ਜਿਹੜੇ ਕਿ ਆਪਾਂ ਖਾਂਦੇ ਹੀ ਰਹਿੰਦੇ ਸੀ ਸਮੋਸੇ। ਅਤੇ ਹੋਰ ਕੀ, ਅੱਛਾ ਕਿਰਨ ਸੁਣਾ, ਹੁਣ ਗੋਲਡੀ ਦਾ ਕੰਮ ਕਰ ਕਿੱਦਾਂ, ਵਧੀਆ? ਹਾਂਜੀ ਦੀਦੀ, ਵਧੀਆ ਹੀ ਆ, 2 ਟਾਈਮ ਦੀ ਰੋਟੀ ਖਾ ਲਈ ਦੀ ਆ ਢਿੱਡ ਭਰ ਕੇ, ਉਹ ਹੀ ਬਹੁਤ ਆ, ਸਿਰ 'ਤੇ ਛੱਤ ਆ, ਰੱਬ ਦੀ ਕਿਰਪਾ ਨਾਲ ਸਭ ਕੁਛ ਵਧੀਆ ਵਾ। ਚੱਲ ਠੀਕ ਹੈ, ਹੋਰ ਕੀ ਚਾਹੀਦਾ, ਵਧੀਆ ਰੋਟੀ ਮਿਲ ਜਾਏ, ਸਿਰ 'ਤੇ ਆਪਣੀ ਛੱਤ ਹੋਵੇ, ਹੈ ਨਾ। ਹਾਂਜੀ ਹਾਂਜੀ ਦੀਦੀ, ਤੁਸੀਂ ਉਹ ਗੱਲ ਛੱਡੋ, ਹੈਪੀ ਭਾਈ ਦਾ ਸੁਣਾਓ, ਸਭ ਵਧੀਆ ਵਾ? ਲੈ ਬਹੁਤ ਵਧੀਆ। ਉਹ ਸੱਚ ਤੈਨੂੰ ਮੈਂ ਦੱਸਿਆ ਹੀ ਨਹੀਂ, ਅਸੀਂ ਨਾ ਉਹ ਦਰਬਾਰ ਸਾਹਿਬ ਦੇ ਕੋਲ ਨਾ ਇੱਕ ਹੋਟਲ ਹੋਰ ਨਵਾਂ ਲੈ ਲਿਆ। ਅੱਛਾ, ਹਾਂ ਹੁਣ ਹੀ ਥੋੜ੍ਹੇ ਦਿਨ ਹੋਇਆ ਲਿਆ ਵਾ, ਅਤੇ ਇੱਕ ਡਲਹੌਜੀ ਵੀ ਹੁਣ ਆਪਾਂ ਜਗ੍ਹਾ ਦੇਖਦੇ ਪਏ ਹਾਂ, ਅਤੇ ਸ਼ਾਇਦ ਇਸੇ ਸਾਲ ਦੇ ਵਿੱਚ ਉੱਥੇ ਵੀ ਹੁਣ ਬਾਬਾ ਜੀ ਦੀ ਕਿਰਪਾ ਆ ਜਾਏ, ਅਤੇ ਅਸੀਂ ਉੱਥੇ ਵੀ ਲੈ ਲੈਣਾ ਹੋਟਲ। ਚਲੋ ਦੀਦੀ, ਬਹੁਤ ਵਧੀਆ ਗੱਲ ਆ, ਮੈਨੂੰ ਬੜੀ ਖੁਸ਼ੀ ਹੋਈ ਸੁਣ ਕੇ ਕਿ ਇੰਨੀ ਤਰੱਕੀ ਚੱਲਣ ਦੀ ਤੁਹਾਡੀ। ਉਹ ਤਾਂ ਬਿਜ਼ੀ ਬੜਾ ਨੇ, ਹੁਣ ਉਹਨਾਂ ਕੋਲ ਟਾਈਮ ਹੀ ਨਹੀਂ ਹੈਗਾ, ਅਤੇ ਵੇਲਾ ਐਤਕੀ ਛੱਡਣ ਵੀ ਨਹੀਂ ਆਏ, ਕਹਿੰਦੇ ਮੇਰੇ ਕੋਲ ਟਾਈਮ ਨਹੀਂ ਹੈਗਾ, ਹੁਣ ਸਾਰਾ ਉਹਨਾਂ ਦਾ ਹੁਣ ਕੰਮ ਕਰਾਰ ਕਰਾਉਣਾ ਨਾ, ਅਤੇ ਫਿਰ ਚੱਲ ਵਧੀਆ, ਬਹੁਤ ਵਧੀਆ ਚੱਲਦਾ ਪਿਆ। ਤੇ ਹੁਣ ਅਸੀਂ ਹੁਣੇ ਤੇ ਗੱਡੀ ਕਢਾਈ ਸੀ ਪਿੱਛੇ ਨਵੀਂ, ਤੂੰ ਵੇਖੀ, ਤੈਨੂੰ ਮੈਂ ਫੋਟੋ ਪਾਈ ਸੀ। ਹਾਂਜੀ ਹਾਂਜੀ, ਮੈਂ ਵੇਖੀ, ਬਹੁਤ ਸੋਹਣੀ ਗੱਡੀ ਸੀ ਦੀਦੀ। ਚੱਲ ਆਈ ਹੁਣ ਘਰ ਵੀ ਤੈਨੂੰ ਮੈਂ ਲੈ ਕੇ ਜਾਵਾਂਗੀ ਨਾ, ਫਿਰ ਆਪਾਂ ਚੱਲਾਂਗੇ ਘੁੰਮਣ। ਕੋਈ ਗੱਲ ਨਹੀਂ, ਜਦੋਂ ਟਾਈਮ ਲੱਗਾ ਨਾ ਮੈਂ ਜ਼ਰੂਰ ਆਵਾਂਗੀ ਘਰੇ। ਜ਼ਰੂਰ ਆਈ। ਹਾਂਜੀ, ਨਹੀਂ ਤਾਂ ਹੁਣ ਟਾਈਮ ਹੋਏਗਾ ਤੇ ਆਪਾਂ ਹੁਣ ਹੀ ਚੱਲ ਪਾਂਗੇ।
ਹੁਣ ਤੇ ਇੰਨਾ ਟਾਈਮ ਨਹੀਂ ਹੈਗਾ, ਮੈਂ ਫਿਰ ਅਗਲੀ ਵਾਰੀ ਜਦੋਂ ਆਵਾਂਗੀ ਨਾ ਉਦੋਂ ਚੱਲ ਪਵਾਂਗੇ ਆਪਾਂ। ਚੱਲ ਜਿਸਾ ਤੇਰੀ ਮਰਜ਼ੀ ਵੇਖ। ਹਾਂਜੀ ਚਲੋ ਚੱਲੀਏ ਹੁਣ ਅੰਦਰ। ਹਾਂ ਚੱਲ ਅੰਦਰ ਚੱਲੀਏ। ਚਲੋ ਜਸਵੀਰ ਆ ਗਈ, ਆ ਗਈ, ਬਸ ਇੱਕ ਮਿੰਟ ਆ ਗਈ ਆ। ਹਾਂ ਬੇਟਾ ਜਰਾ ਇੱਧਰ ਆ ਜਾਣ ਮੇਰੀ। ਆ ਗਈ ਆ ਗਈ ਆ ਗਈ ਆ ਗਈ, ਬਸ ਦੋ ਮਿੰਟ ਠਹਿਰੋ। ਆੜਾ ਤੁਸੀਂ ਮੈਨੂੰ ਕੰਮ ਸੌਂਪਿਆ ਤੇ ਮੈਂ ਕਰ ਲਵਾਂ। ਆ ਲਓ ਫੜੋ, ਸਵੇਰ ਦੀ ਉੱਠ ਕੇ ਲੱਗੀ ਹੋਈ ਸੀ ਮੈਂ। ਆ ਲਓ ਫੜੋ, ਆ ਕਰ ਲਿਆ ਜੇ ਪਾਤਾ ਹੀ। ਆਹੋ ਇੱਧਰ ਜੇ ਘਿਓ ਪਾਤਾ, ਤੇਰੇ 'ਚ ਵੀ ਪੈ ਗਿਆ ਘਿਓ ਸਾਰਾ। ਠੀਕ ਹੈ ਚੱਲ ਤੇ ਮੇਰੀ ਗੱਲ ਸੁਣ। ਹਾਂਜੀ ਅੱਜ ਨਾ ਕਿਰਨ ਨੇ ਤੇ ਉਹਨੇ ਚਲੇ ਜਾਣੇ। ਅੱਛਾ ਪੂਜਾ ਨੇ ਵੀ ਚਲੇ ਜਾਣਾ। ਹਾਂ ਤੇ ਕਿਰਨ ਦਾ ਤੇ ਪੱਕਾ ਹੀ ਹੈ, ਪੂਜਾ ਪਤਾ ਨਹੀਂ ਜਾਂਦੀ ਕਿ ਨਹੀਂ ਜਾਂਦੀ ਹੈ। ਤੇ ਕਿਰਨ ਦਾ ਪੱਕਾ ਹੀ ਉਹਨੇ ਚਲੇ ਹੀ ਜਾਣਾ, ਤੇ ਜੋ ਇਹਦੇ ਲਈ ਕੱਪੜਾ ਕੁਪੜਾ ਬਜ਼ਾਰੋਂ ਲਿਆਉਣਾ ਨਾ ਤਾਂ ਲੈ ਕੇ ਆ। ਸਾਲ ਬਾਅਦ ਕੁੜੀ ਆਈ ਹੈ, ਤੈਨੂੰ ਸਾਰਾ ਕੁਝ ਦੇ ਕੇ ਤੋਰਨਾ। ਮੈਂ ਤਾਂ ਭੈਣ ਜੀ ਇਹੋ ਤੇ ਤੁਹਾਨੂੰ ਮੈਂ ਕੱਲ ਕਹਿਣ ਡਈ ਸੀ ਵੀ ਕੀ ਕਰਨਾ, ਉਹਦਾ ਕੋਈ ਪਤਾ ਨਹੀਂ ਕਿ ਕਦੋਂ ਉਹਨੇ ਚਲੇ ਜਾਣਾ। ਪਹਿਲਾਂ ਤੇ ਕਹਿੰਦੀ ਸੀ ਕਿ ਮੈਂ ਆਖੇ ਚਾਚੀ ਜੀ ਰਹਿਣਾ 2-4 ਦਿਨ, ਹੁਣ ਪਤਾ ਨਹੀਂ। ਨਹੀਂ ਸਵੇਰੇ ਹੀ ਉਹਨੇ ਮੈਨੂੰ ਕਹਿਤਾ ਕਿ ਮੈਂ ਜਾਣਾ। ਹਾਂ ਤੇ ਉਹਨੇ ਜਾਣਾ ਹੀ, ਤੇ ਇਹ ਘਿਓ ਘਿਓ ਉਹਨੂੰ ਦੇ ਦੇ, ਘਰ ਦਾ ਕੱਢਿਆ। ਕੋਈ ਗੱਲ ਨਹੀਂ, ਕੱਲ ਨਾਲੇ ਗੋਲਡੀ ਵਾਵਾ ਖੁਸ਼ ਹੋ ਕੇ ਖਾਂਦਾ ਜੇ ਉਹ ਸਬਜ਼ੀ 'ਚ ਵਾਵਾ ਘਿਓ ਪਾ ਕੇ, ਨਾਲੇ ਘਰ ਦੇ ਦੇਸੀ ਘਿਓ ਵਰਗੀ ਮੌਜ ਹੀ ਨਹੀਂ ਹੈਗੀ। ਮੌਜ ਨਹੀਂ, ਗੋਲਡੀ ਬੜਾ ਖੁਸ਼ ਹੋ ਖਾਂਦਾ ਸੀ ਉਹਨੇ, ਖੁਸ਼ ਹੋਇਆ ਨਾ ਵੇਖ ਕੇ ਹੀ ਕਿ ਘਿਓ ਮੰਮੀ ਨੇ ਭੇਜਿਆ ਮੇਰੇ ਲਈ। ਲੈ ਹਾਂ ਹੁੰਦਾ ਹੀ ਹੈ, ਸਾਨੂੰ ਤਾਂ ਪਿਆਰ ਆਉਂਦਾ ਆਪਣੇ ਬੱਚਿਆਂ ਦੇ ਨਾਲ। ਬਿਲਕੁਲ ਬਿਲਕੁਲ। ਦੱਸੋ ਹੁਣ ਤੇ ਉਹ ਪੈਸੇ ਦਿਓ ਫਿਰ ਮੈਨੂੰ। ਪੈਸੇ ਉੱਥੇ ਬਾਰੀ ਵੇਖ ਲੈ ਪਏ ਹੋਣੇ, ਨਹੀਂ ਹੈਗੇ ਤੇ ਮੇਰੇ ਪਰਚੋਂ ਕੱਢ ਲੈ, ਜਿੰਨੇ ਤੈਨੂੰ ਚਾਹੀਦੇ ਮੇਰੇ ਪਰਚੋਂ ਲੈ ਲੈ। ਅੱਛਾ ਮੌਸਮ ਠੰਡਾ, ਤੂੰ ਹੋ ਕੇ ਆ ਫਟਾਫਟ, ਸਵੇਰੇ ਸਵੇਰੇ ਹੋਇਆ। ਤੇ ਜਿਹੜਾ ਤੁਸੀਂ ਮੈਨੂੰ ਸਵੇਰੇ ਸਮਾਨ ਕਿਹਾ ਸੀ ਉਹ ਲੈ ਕੇ ਆਉਣਾ, ਉਸ ਤੋਂ ਵੱਧ ਘੱਟ ਤਾਂ ਨਹੀਂ? ਜੋ ਤੇਰਾ ਦਿਲ ਕਰਦਾ ਲੈ ਆ, ਸਾਲ ਬਾਅਦ ਕੁੜੀ ਆਈ, ਫਿਰ ਕੀ ਹੈ, ਦੋ ਚੀਜ਼ਾਂ ਬਾਅਦ ਚੱਲ ਜਾਣਗੀਆਂ, ਕੋਈ ਗੱਲ ਨਹੀਂ। ਚੱਲ ਠੀਕ ਆ, ਸਾਲ ਬਾਅਦ ਤੇ ਆਈਏ, ਅਸੀਂ ਕਿਹੜਾ ਦਿਨ ਦਿਹਾੜ ਅੱਗੇ ਇੱਥੇ ਦੇ ਆਉਂਦੇ ਆ, ਇੱਥੇ ਹੋਏ ਤੇ ਸਾਰਾ ਕੁਝ ਦਵੇ। ਕੀ ਉਧਰ ਨਾਲ ਦੇ ਪਲਾਟ 'ਚ ਪਾਰਕ 'ਚ ਵੜੀਆਂ ਹੋਈਆਂ ਗੱਲਾਂ ਕਰਨ ਡਈਆਂ? ਚੱਲ ਭੈਣਾ ਭੈਣਾ ਦੇਰ ਬਾਅਦ ਮਿਲੀਆਂ, ਕੋਈ ਗੱਲ ਨਹੀਂ, ਫਿਰ ਕੀ ਗੱਲਾਂ ਕਰਦੀਆਂ। ਚੱਲ ਹਾਂ ਮੈਂ ਰਾਜੀ ਰਹਿਣਾ, ਕਹਿ ਰਾਜ ਦਾ। ਚੱਲ ਠੀਕ ਆ, ਮੈਂ ਹੋ ਕੇ ਆਈ। ਹਾਂ ਹੋ ਕੇ ਆਈ ਮੈਂ, ਬਸ ਰਾਜੀ ਰਹਿਣਾ। ਆ ਇੱਥੇ ਰੱਖ ਦੇ ਨਹੀਂ ਮੈਂ, ਪਿਆਰ ਇਹਨਾਂ ਦਾ ਕਹਿ ਬਣਿਆ ਰਵੇ ਇਹਨਾਂ ਦਾ ਦੋਨਾਂ ਭੈਣਾਂ ਦਾ। ਰਾਤ ਦੀ ਹਨੇਰੀ ਨੇ ਕਿੰਨਾ ਘੱਟਾ ਪਾਇਆ, ਸਾਰੇ ਪਾਸੇ ਮਿੱਟੀ ਮਿੱਟੀ ਹੋਈ, ਬੁਰਾ ਹੀ ਹਾਲ ਹੋ ਗਿਆ ਜੇ ਉਹ ਸਿੰਨ ਤੋਂ ਆਏ ਆ ਸਾਰੇ ਪੜਦੇ ਪੁੜਦੇ ਕੀ ਤੇ ਕਵਰ ਸੋਫਿਆਂ ਦੇ, ਹੁਣ ਫਿਰ ਗੰਦੇ ਹੋਏ। ਚੱਲ ਕੋਈ ਨਹੀਂ, ਕਰਾਨੀ ਇੱਕ ਦੋ ਦਿਨ ਤੱਕ ਫਿਰ ਸਫਾਈ ਤੁਹਾਨੂੰ। ਹਾਂਜੀ ਬੇਟਾ ਆ ਜਾਓ, ਕੀ ਕਰਦੇ ਜੀ? ਬਸ ਉਹੀ ਮਿੱਟੀ ਬੜੀ ਉਹਦੇ, ਮੈਂ ਕਿਹਾ ਕਰਦੇ ਆ ਥੋੜਾ ਜਿਹਾ। ਹਨੇਰੀ ਬਹੁਤ ਆਈ ਰਾਤ, ਬੜਾ ਗੰਦ ਪਾਇਆ, ਕਿੰਨੇ ਸੋਹਣੇ ਲੱਗਦੇ। ਸਹੀ ਕਿਹਾ, ਇਹ ਜਦੋਂ ਉਹਦੇ ਆਪਾਂ ਕਵਾਰੇ ਸੀ ਨਾ ਉਦੋਂ ਦੇ ਲਿਆਂਦੇ, ਉਦੋਂ ਦੇ ਲਿਆਂਦੇ ਹੋਏ ਆ। ਮੈਂ ਵੇਖਿਆ ਵੀ ਅਸੀਂ ਲੈ ਕੇ ਆਏ ਸੀ ਜਦੋਂ ਉੱਥੇ ਗਏ ਸੀ, ਅਸੀਂ ਐਗਜ਼ੀਬਿਸ਼ਨ ਲੱਗੀ ਸੀ। ਹਾਂਜੀ ਦੀਦੀ, ਤੁਹਾਨੂੰ ਬੜਾ ਪਸੰਦ ਸੀ ਇਹ। ਹਾਂ ਤੇ ਆ ਬੁੱਧਾ ਵੀ ਉੱਥੇ ਹੀ ਲਿਆ ਸੀ। ਮੰਮੀ ਨੇ ਸਾਂਭ ਕੇ ਰੱਖੀਆਂ ਨਾ ਸਾਰੀਆਂ, ਤਾਂ ਕਿ ਜਦੋਂ ਨਿਸ਼ਾਨੀਆਂ ਸਾਹਮਣੀਆਂ ਗਏ ਹੋਣੇ, ਤਾਂ ਕਿ ਜਦੋਂ ਆਪਾਂ ਆਈਏ ਨਾ ਵੇਖ ਵੇਖ ਕੇ ਯਾਦ ਕਰੀਏ, ਇਹ ਆਪਾਂ ਉਦੋਂ ਲੈ ਕੇ ਆਏ ਸੀ, ਇਹ ਆਪਾਂ ਉਦੋਂ ਲੈ ਕੇ ਆਏ ਸੀ। ਤੇ ਆਹ ਵੇਖੋ ਕਾਸ਼ਵੀ ਨੇ ਤੋੜਤੀ ਆ, ਜਿਹੜੀਆਂ ਚਾਰ ਦੇਵੀਆਂ ਲਿਆਂਦੀਆਂ ਸੀ ਨਾ, ਇੱਕ ਦੇਵੀ ਉਹਨੇ ਤੋੜਤੀ ਕਾਸ਼ਵੀ ਨੇ, ਬਹੁਤ ਸ਼ਰਾਰਤੀ ਉਹ ਵੀ। ਹੁਣ ਤੇ ਕੈਟੀ ਵੀ ਕਿੰਨੀ ਪੁਰਾਣੀ ਪਈ ਹੋ, ਯਾਦ ਹੈ ਜਿੱਦਾਂ ਤੂੰ ਇੱਕ ਵਾਰੀ ਬਾਜ਼ਾਰ ਗਈ ਸੀ ਮਗਰ ਹੀ ਪੈ ਗਈ ਸੀ, ਮੈਂ ਤਾਂ ਲੈ ਕੇ ਹੀ ਜਾਣੀ ਲੈ ਕੇ ਹੀ ਜਾਣੀ, ਉਹ ਕਿੰਨੀ ਪੁਰਾਣੀ ਛੋਟੀ ਜੀ ਹੁੰਦੀ ਸੀ ਤੂੰ ਉਦੋਂ, ਜਿਵੇਂ ਅੱਜ ਲਿਆਂਦੀ ਹੋਵੇ ਨਵੀਂ। ਸਭ ਕੁਛ ਉਤਰਾ ਹੀ ਆ ਸਾਡੇ ਪੇਕੇ ਦੇ ਵਿੱਚ। ਚੱਲ ਬਸ ਕਰੋ, ਆਇਓ ਮੇਰੇ ਕੋਲ ਬਹਿ ਜਾਓ, ਤੁਸੀਂ ਚਲੇ ਜਾਣਾ ਤੇ ਫਿਰ ਮੈਨੂੰ ਉਦਾਸ ਹੋ ਜਾਣਾ ਮੈਂ।
ਥੋੜੀ ਦੇਰ ਤੁਹਾਨੂੰ ਬਹਿਓ ਮੇਰੇ ਕੋਲ। ਹਾਂ ਬੜਾ ਚੰਗਾ ਲੱਗਾ, ਤੁਸੀਂ ਦੋਨੋਂ ਭੈਣਾਂ ਇਕੱਠੀਆਂ ਗੱਲਾਂ ਕਰਦੀਆਂ, ਮੈਨੂੰ ਤਾਂ ਪੁਰਾਣੇ ਸੀਨ ਯਾਦ ਆਉਂਦੇ ਵੀ ਕਿਸ ਤਰ੍ਹਾਂ ਪਿਆਰ ਬਣਿਆ ਹੋਇਆ ਸੀ ਇਹਨਾਂ ਦਾ। ਵਾਹਿਗੁਰੂ ਕਰੇ ਉਸ ਤਰ੍ਹਾਂ ਹੀ ਤੁਹਾਡਾ ਬਣਿਆ ਰਹੇ ਪਿਆਰ। ਹਾਂਜੀ ਮੰਮੀ, ਭੈਣਾਂ ਦੇ ਪਿਆਰ 'ਚ ਵੀ ਕਦੀ ਫਿੱਕ ਪੈਂਦੀ ਆ, ਭੈਣਾਂ ਭਰਾਵਾਂ ਦਾ ਤੇ ਪਿਆਰ ਹੀ ਇਸ ਤਰ੍ਹਾਂ ਦਾ ਹੁੰਦਾ ਵਾ। ਹਾਂ ਦੀਦੀ, ਮੰਮੀ ਬਾਹਰ ਇਹੋ ਗੱਲਾਂ ਕਰਦੇ ਪਏ ਸੀ ਪਾਰਕ 'ਚ। ਮੈਂ ਤੁਹਾਡੀਆਂ ਚੀਜ਼ਾਂ ਵੇਖ ਕਿਸਾਂ ਸੰਭਾਲ ਕੇ ਰੱਖੀਆਂ। ਵੀਰ ਤੁਹਾਡਾ ਕਈ ਵਾਰੀ ਕਹਿੰਦਾ ਹੈ ਬੜੀਆਂ ਪੁਰਾਣੀਆਂ ਹੋ ਗਈਆਂ ਨੂੰ ਸੁੱਟਾਂ, ਮੈਂ ਨਵੀਆਂ ਲਿਆ ਕੇ ਡੈਕੋਰੇਸ਼ਨ ਪੀਸ ਲਾ। ਮੈਂ ਨਾ ਇਹਨਾਂ 'ਚ ਮੇਰੀ ਧੀਆਂ ਦੀਆਂ ਯਾਦਾਂ ਹੈਗੀਆਂ, ਮੈਂ ਨਹੀਂ ਆ ਸੁੱਟਣੀਆਂ ਚੀਜ਼ਾਂ। ਹੋਰ ਕੀ ਮੰਮੀ, ਇੰਨੇ ਸਾਲ ਪੁਰਾਣੀਆਂ ਹੈਗੀਆਂ। ਹੋਰ ਉਹ ਵੇਖ ਵੇਖ ਕੇ ਮੈਨੂੰ ਤੁਹਾਡੀ ਯਾਦ ਆਉਂਦੀ ਹੈ, ਮੈਂ ਕਹਿੰਦੀ ਸ਼ੁਕਰ ਹੈ ਮੇਰੀ ਧੀਆਂ ਨੇ ਰੱਖੀਆਂ, ਮੈਂ ਨਹੀਂ ਕਿਤੇ ਸੁੱਟਣੀਆਂ ਨਾਲ। ਮੈਨੂੰ ਤੇ ਆਪ ਬਹੁਤ ਯਾਦ ਆਉਂਦੀ, ਤੁਹਾਨੂੰ ਪਤਾ ਦੀਦੀ ਮੈਂ ਤੇ ਕਿੰਨੀ ਦੇਰ ਬਾਅਦ ਗੇੜਾ ਲਾਨੀ ਆ। ਮੇਰਾ ਤੇ ਕਈ ਵਾਰੀ ਜੀ ਕਰਨ ਦੇ ਆਉਂਦਾ ਵਾ ਕਿ ਮੈਂ ਬਸ ਨਾ ਚਲੀ ਜਾਵਾਂ ਮੰਮੀ ਕੋਲ, ਤੇ ਤੁਹਾਨੂੰ ਪਤਾ ਹੀ ਆ ਪੇਕੇ ਜਾ ਕੇ ਕਿੰਨਾ ਸਕੂਨ ਮਿਲਦਾ ਵਾ। ਉਹ ਤੇ ਹੈ ਬਿਲਕੁਲ ਆਰਾਮ, ਉਹੋ ਹੀ ਯਾਦਾਂ ਸਾਰੀਆਂ ਜਿਹੜੀਆਂ ਆਪਾਂ ਖੇਡੇ ਹੁੰਦੇ ਆ ਬਚਪਨ ਤੋਂ ਲੈ ਕੇ ਜਵਾਨੀ ਤੱਕ, ਆਪਾਂ ਉੱਥੇ ਹੀ ਰਹੀਦਾ ਵਾ, ਫਿਰ ਇੱਕ ਪਲ 'ਚ ਬੇਗਾਨੇ ਵੀ ਹੋ ਜਾਈਦਾ ਵਾ। ਪੂਜਾ ਦਾ ਤਾਂ ਫਿਰ ਚੱਕਰ ਲੱਗਦਾ ਰਹਿੰਦਾ, ਤੇਰਾ ਨਹੀਂ ਲੱਗਦਾ। ਤੁਸੀਂ ਮੈਨੂੰ ਜਾਣ ਕੇ ਦੂਰ ਵਿਆਹਿਆ, ਤੇਰੇ ਸੰਜੋਗ ਹੀ ਉੱਥੇ ਸੀ ਪੁੱਤ, ਮੈਂ ਕੀ ਕਰ ਦਿੰਦਾ। ਤੁਸੀਂ ਜਾਣ ਕੇ ਦੂਰ ਵਿਆਹਿਆ ਵਾ ਕਿ ਇੱਕ ਕੁੜੀ ਮੇਰੇ ਕੋਲ ਆਉਂਦੀ ਰਹੇ, ਇੱਕ ਮੇਰੇ ਕੋਲ ਘੱਟ ਆਵੇ। ਨਹੀਂ ਮਾਵਾਂ ਥੋੜ੍ਹੀ ਇਸ ਤਰ੍ਹਾਂ ਕਰ, ਤੇਰੇ ਸੰਜੋਗ ਹੀ ਉੱਥੇ ਲਿਖੇ ਹੋਏ ਸੀ। ਪਰ ਵੇਖ ਲੈ ਗੋਲਡੀ ਕਿੰਨਾ ਚੰਗਾ, ਭਾਵੇਂ ਦੂਰ ਹੈ ਕਿੰਨਾ ਚੰਗਾ, ਯਾਦ ਸਾਨੂੰ ਵੀ ਰੱਖਦਾ ਵਾ, ਫੋਨ ਕਰਦਾ ਰਹਿੰਦਾ ਮੈਨੂੰ ਵੀ, ਮੰਮੀ ਕੀ ਹਾਲ ਆ ਤੁਹਾਡਾ, ਆਪਣੀ ਸਿਹਤ ਦਾ ਖਿਆਲ ਰੱਖਣਾ। ਹਾਂਜੀ ਮੰਮੀ, ਇਹ ਗੱਲ ਤੇ ਹੈਗੀ ਆ, ਸਾਰੇ ਬਹੁਤ ਵਧੀਆ। ਹਾਂ ਸਾਰੇ ਤੇ ਵਧੀਆ ਹੀ ਤਰ੍ਹਾਂ ਆਪਾਂ ਰਹਿੰਦੇ ਸਾਰੇ ਜਾਣੇ। ਮੰਮੀ ਚਾਚੀ ਜੀ ਕਿੱਥੇ ਗਏ ਨੇ, ਦਿਖਦੇ ਨਹੀਂ ਪਏ? ਚਾਚੀ ਬਾਜ਼ਾਰ ਗਏ, ਉਹਨਾਂ ਬਾਜ਼ਾਰ ਭੇਜਿਆ ਕੋਈ ਕੰਮ ਸੀ। ਅੱਛਾ ਠੀਕ ਹੈ, ਬਾਜ਼ਾਰ ਭੇਜਿਆ। ਚਲੋ ਮੈਨੂੰ ਲੱਗਦਾ ਮੇਰਾ ਨਾ ਫੋਨ ਵੱਜਣ ਦਿਆ, ਮੈਂ ਇੱਕ ਮਿੰਟ ਵੇਖਦੀ। ਅੱਛਾ ਜਾ ਸੁਣ ਕੇ ਆ ਫੋਨ। ਮੰਮੀ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਇੱਕ ਸਲਾਹ ਕਰਨੀ ਸੀ। ਕਿਰਨ ਨੇ ਤੇ ਅੱਜ ਚੱਲ ਜਾਣਾ, ਉਹਦਾ ਫਾਈਨਲ ਹੈਗਾ, ਤੇ ਮੈਂ ਨਾ ਉਹਨੂੰ ਕੁਛ ਦੇਣਾ ਸੀ। ਮੈਂ ਬੱਚਿਆਂ ਦੇ ਕੱਪੜੇ ਕੁਪੜੇ ਲਿਆਉਣੇ ਸੀ ਬਾਜ਼ਾਰ, ਤੇ ਮੈਂ ਵੀ ਜਾਣਾ ਸੀ ਚਾਚੀ ਜੀ ਨਾਲ, ਪਰ ਪਤਾ ਨਹੀਂ ਲੱਗਾ ਕਿਹੜੇ ਵੇਲੇ ਚੱਲ ਗਏ ਆ। ਕੱਪੜੇ ਕੁਪੜੇ ਲਿਆ ਕੇ ਦੇਣੇ ਸੀ ਕਿਰਨ ਨੂੰ ਵੀ, ਸੂਟ ਦੇਣਾ ਸੀ, ਤੇ ਹੁਣ ਤੇ ਉਹ ਚੱਲ ਗਏ ਨੇ, ਹੁਣ ਤੁਸੀਂ ਦੱਸੋ ਕੀ ਕਰਾਂ? ਵੇਖ ਲੈ ਪੁੱਤ, ਆਪਣੀ ਮਰਜ਼ੀ ਦੇਖ, ਜੋ ਮਰਜ਼ੀ ਕਰ ਲੈ। ਜਿਹੜੀ ਛੋਟੀਆਂ ਭੈਣਾਂ ਹੁੰਦੀਆਂ ਨਾ, ਧੀਆਂ ਦੇ ਬਰਾਬਰ ਹੀ ਹੁੰਦੀਆਂ। ਉਹ ਤਾਂ ਠੀਕ ਆ, ਤੇ ਤੇਰਾ ਵੈਸੇ ਵੀ ਪਿਆਰ ਬੜਾ ਉਹਦੇ ਨਾਲ, ਬਾਕੀ ਜਿਸ ਤਰ੍ਹਾਂ ਦੇਣਾ ਤੇਰਾ ਦਿਲ ਕਰਦਾ ਕਰ ਲੈ। ਇੰਜ ਕਰਦੀ ਹਾਂ, ਹੁਣ ਟਾਈਮ ਮੇਰੇ ਕੋਲ ਵੀ ਨਹੀਂ ਗਾ, ਮੈਂ ਵੀ ਸ਼ਾਮੀ ਚੱਲ ਜਾਣਾ। ਮੰਮੀ ਮੈਂ ਨਾ ਫਿਰ ਉਹਨੂੰ ਕੈਸ਼ ਹੀ ਦੇ ਦਿੰਦੀ ਹਾਂ, ਠੀਕ ਹੈ ਨਾ? ਆਪੇ ਜੋ ਮਰਜ਼ੀ ਲੈ ਦੇਗੀ ਬੱਚਿਆਂ ਨੂੰ। ਬਹੁਤ ਵਧੀਆ ਪੁੱਤ, ਸੋਚੇ ਕੱਪੜਾ ਲੀੜਾ ਤੇ ਅਸੀਂ ਦੇਣਾ ਵਾ, ਤੇ ਤੂੰ ਕੈਸ਼ ਦੇ ਦੇ, ਜਿੱਥੇ ਉਹਨੂੰ ਲੋੜ ਹੋਏਗੀ ਆਪੇ ਵਰਤ ਲਏਗੀ। ਲੈ ਕੇ ਕੱਪੜੇ ਲੈਣੇ ਹੋਣਗੇ ਉੱਥੇ ਜਾ ਕੇ, ਕੱਪੜੇ ਲੈ ਲਈ, ਕੋਈ ਹੋਰ ਚੀਜ਼ ਲੈਣੀ ਹੋਰ ਚੀਜ਼ ਲੈ ਲਈ, ਕੈਸ਼ ਦੇ ਦੇ। ਸੋ ਵਧੀਆ, ਨਾਲੇ ਪੈਸੇ ਹੋਣਗੇ, ਸੋਥਾ ਕੰਮ ਆ ਜਾਣੇ, ਸੋਥਾ ਕੰਮ ਆ ਜਾਣੇ, ਜੋ ਦੀ ਮਰਜ਼ੀ ਕਰ ਲਈ। ਠੀਕ ਹੈ, ਪਤਾ ਨਹੀਂ ਕਿੱਥੇ ਰਹਿ ਗਈ ਕਿਰਨ, ਆਈ ਨਹੀਂ, ਮੈਂ ਵੇਖ ਕੇ ਆਉਂਦੀ ਹਾਂ। ਕਿੰਨੀ ਸਿਆਣੀ ਮੇਰੀ ਵੱਡੀ ਧੀ, ਮੈਂ ਕਹਿੰਦੀ ਭੈਣ ਦੀ ਮਦਦ ਵੀ ਕਰਦੀ ਅਤੇ ਉਹਨੂੰ ਸਾਹਸ ਵੀ ਨਹੀਂ ਆਉਣ ਦਿੰਦੀ। ਵਾਹਿਗੁਰੂ ਕਰੇ ਇਹਨਾਂ ਦਾ ਪਿਆਰ ਇਸ ਤਰ੍ਹਾਂ ਹੀ ਬਣਿਆ ਰਹੇ ਦੋਨਾਂ ਭੈਣ। ਮੰਮੀ ਨੇ ਨਾ ਵਧੀਆ ਸਲਾਹ ਦਿੱਤੀ ਹੈ, ਨਾਲੇ ਚੰਗਾ। ਕੱਪੜੇ ਲੀੜੇ ਕੀ ਕਰਨੇ ਆ, ਮੈਂ ਐਵੇਂ ਕੱਪੜੇ ਖਰੀਦ ਲੈਣੇ ਸੀ, ਕੱਪੜੇ ਤਾਂ ਮੰਮੀ ਨੇ ਵੀ ਦੇ ਦਿੰਦੇ ਆ, ਠੀਕ ਹੈ, ਅਤੇ ਮੈਂ ਵੀ ਦੇ ਦਿੰਦੀ, ਅਤੇ ਫਿਰ ਕੱਪੜੇ ਉਹਦੇ ਕੋਲ ਆਪਣੇ ਵੀ ਹੋਣੇ ਆ, ਅਤੇ ਮੈਂ ਇੱਦਾਂ ਮੈਂ ਕੈਸ਼ ਦੇ ਦਿੰਦੀ, ਚੰਗਾ ਉਹਦੇ ਵਿਚਾਰੀ ਦੇ ਕਿਸੇ ਕੰਮ ਹੀ ਆਉਣਗੇ, ਨਾਲੇ ਉਹਦੀ ਕਿਸੇ ਨਾ ਕਿਸੇ ਤਰੀਕੇ ਹਿਸਾਬ ਨਾਲ ਮਦਦ ਹੋ ਜਾਏਗੀ, ਉਹਨੂੰ ਮੈਂ ਪਤਾ ਵੀ ਨਹੀਂ ਲੱਗਣ ਦੇਣਾ। ਚਲੋ ਠੀਕ ਹੈ, ਇੰਝ ਹੀ ਕਰਦੀ ਹਾਂ, ਮੈਂ ਉਹਨੂੰ ਕੈਸ਼ ਹੀ ਦੇ ਦਿੰਦੀ ਹਾਂ। ਮੈਂ ਨਾ ਕਿਰਨ ਨੂੰ ਆਵਾਜ਼ ਦੇਵਾਂ। ਦੀਦੀ। ਹਾਂ ਕਿਰਨ, ਕੀ ਕਰਨ ਦੇ ਜੇ? ਮੈਂ ਨਾ ਉਹ ਮੇਰੀ ਨਾ ਪਰਸ ਦੀ ਜਿੱਪ ਜੀ ਨਾ ਅਟਕ ਗਈ ਆ, ਮੈਨੂੰ ਪਤਾ ਪਹਿਲਾਂ ਵੀ ਨਾ ਤੁਸੀਂ ਮੇਰੀ ਜਿੱਪ ਸਹੀ ਕਰ ਦਿੰਦੇ ਹੁੰਦੇ। ਹਾਂ ਲਿਆ ਲਿਆ, ਮੈਂ ਤੈਨੂੰ ਆਵਾਜ਼ ਹੀ ਦੇਣ ਲੱਗੀ ਸੀ, ਨਾਲੇ ਕੋਈ ਕੰਮ ਸੀ ਦੀਦੀ? ਹਾਂ ਇੱਕ ਮਿੰਟ ਮੇਰੀ ਗੱਲ ਸੁਣ ਜਾ। ਹਾਂਜੀ।
ਇਹ ਫੜ ਲੈ ਨਾ, ਕੁਛ ਪੈਸੇ ਰੱਖ ਲੈ, ਤੂੰ ਹੁਣ ਆਈ ਹੋਈ ਹੈ ਨਾ, ਫਿਰ ਪਤਾ ਨਹੀਂ ਕਦੋਂ ਤੇਰਾ ਮੇਰਾ ਮੇਲ ਹੋਣਾ ਵੈ, ਅਤੇ ਇਹ ਪੈਸੇ ਰੱਖ ਲੈ, ਬੱਚਿਆਂ ਨੂੰ ਕੁਛ ਲੈ ਲੂ ਦਈ, ਆਪਣੇ ਵਾਸਤੇ ਵੀ ਕੁਛ ਖਰੀਦਣਾ ਹੋਏਗਾ ਤਾਂ ਖਰੀਦ ਲਈ, ਠੀਕ ਹੈ? ਅਤੇ ਇੰਝ ਕਰੀ, ਜਦੋਂ ਘਰ ਜਾਏਗੀ ਨਾ, ਆਪਣੇ ਘਰ ਵਾਲੇ ਵਾਸਤੇ ਨਾ ਇੱਕ ਸੋਹਣੀ ਜਿਹੀ ਸ਼ਰਟ ਲੈ ਲਈ, ਅਤੇ ਕਈ ਦੀਦੀ ਨੇ ਗਿਫਟ ਭੇਜਿਆ ਸੀ, ਤਾਂ ਦੀਦੀ ਨੇ ਮੈਨੂੰ ਕਿਹਾ ਸੀ ਆਪਣੀ ਪਸੰਦ ਦਾ ਲੈ ਲਿਓ, ਸ਼ਰਟ ਜ਼ਰੂਰ ਲਈ ਉਹਦੇ ਵਾਸਤੇ। ਚੱਲ ਲਿਆ ਆਪਣਾ ਪਰਸ ਕਿੱਥੇ ਸੀ, ਮੈਂ ਠੀਕ ਕਰਾਂ। ਉਹ ਗੱਲ ਤਾਂ ਠੀਕ ਆ, ਪਰ ਪੈਸੇ ਨਹੀਂ ਦੀਦੀ, ਮੈਂ ਨਹੀਂ ਲੈਣੇ ਪੈਸੇ। ਉਹ ਕਿਉਂ ਨਹੀਂ ਲੈਣੇ, ਤੂੰ ਐਵੇਂ ਜ਼ਿਆਦਾ ਨਾ ਸਿਆਣੀ ਨਾ ਬਣ, ਨਾਲੇ ਮੈਂ ਕੱਪੜੇ ਲਿਆ ਕੇ ਦੇਣੇ ਸੀ ਬੱਚਿਆਂ ਵਾਸਤੇ, ਅਤੇ ਐਵੇਂ ਮੈਂ ਬਾਜ਼ਾਰ ਜਾਂਦੀ, ਐਵੇਂ ਇੱਧਰ ਉੱਧਰ ਫਿਰਦੀ, ਗਰਮੀ ਬੜੀ ਆ, ਅਤੇ ਮੈਂ ਸੋਚਿਆ ਬੱਚਿਆਂ ਨੂੰ ਤੂੰ ਆਪੇ ਜੋ ਲੈਣਾ ਲੈ ਕੇ ਦੇ ਦੇਈ, ਇਸ ਲਈ ਮੈਂ ਤੈਨੂੰ ਪੈਸੇ ਦੇ ਦਿੱਤੇ ਆ, ਜਿੱਦਾਂ ਤੇਰੀ ਮਰਜ਼ੀ ਕਰ ਲਈ। ਅਤੇ ਨਾਲੇ ਯਾਦ ਆ ਉਹਨੂੰ ਪਿਛਲੀ ਵਾਰੀ ਹੈਪੀ ਦੀ ਸ਼ਰਟ ਬਹੁਤ ਪਸੰਦ ਆਈ ਸੀ, ਗੋਲਡੀ ਨੂੰ, ਅਤੇ ਉਹ ਜੀ ਸੇਮ ਸ਼ਰਟ ਲਿਆ ਕੇ ਉਹਨੂੰ ਦੇਣੀ, ਉਹ ਕਿ ਦੀਦੀ ਨੇ ਗਿਫਟ ਦਿੱਤਾ, ਠੀਕ ਹੈ? ਚੱਲ ਇਹ ਰੱਖ, ਜ਼ਿਆਦਾ ਤੂੰ ਸਿਆਣੀ ਨਾ ਬਣ। ਪਰ ਦੀਦੀ ਮੇਰੀ ਗੱਲ ਸੁਣੋ, ਹਾਂ ਸਾਡੇ ਦੋਵਾਂ 'ਚ ਤਾਂ ਉਤਰਾ ਹੀ ਪਿਆਰ, ਅਤੇ ਆ ਪੈਸਿਆਂ ਦਾ ਕੀ ਆ, ਤੁਸੀਂ ਰੱਖ ਲਓ, ਮੈਨੂੰ ਇਹ ਵੀ ਮੇਰਾ ਪਿਆਰ ਹੀ ਆ, ਚੱਲੀਏ ਤੇਰੇ ਨਾਲੋਂ ਜ਼ਿਆਦਾ ਪੈਸੇ ਕੀਮਤੀ ਨੇ, ਚੱਲ ਤੇਰੇ ਪਿਆਰ ਅੱਗੇ ਆਈ, ਮੇਰਾ ਵੀ ਪਿਆਰ ਹੈ, ਠੀਕ ਹੈ? ਨਾਲੇ ਬੱਚੇ ਕੀ ਕਹਿਣਗੇ ਮਾਸੀ ਨੇ ਕੀ ਭੇਜਿਆ। ਚੱਲ 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 ਚੱਲ, ਠੀਕ ਹੈ, ਚੱਲ ਚੱਲੀਏ ਹੁਣ ਆਪਣੀ ਆਪਣੀ ਪੈਕਿੰਗ ਕਰੀਏ, ਠੀਕ ਹੈ? ਮੈਂ ਵੀ ਜਾਣਾ, ਮੈਂ ਤਾਂ, ਤੂੰ ਵੀ ਕਹਿੰਦੀ ਵੀ ਮੈਂ ਅੱਜ ਹੀ ਜਾਣਾ, ਅਤੇ ਫਿਰ ਮੈਂ ਤਾਂ ਮੈਂ ਕਿਹਾ ਹੁਣ ਮੈਂ ਬਾਜ਼ਾਰ ਕਿੱਥੇ ਜਾਵਾਂਗੀ। ਚੱਲੇ ਆ ਪਰਸ ਫਿਰ, ਚੱਲ ਆ ਠੀਕ ਕਰੀਏ, ਅਤੇ ਨਹੀਂ ਤਾਂ ਮੈਂ ਬਾਹਰ ਹੀ ਆ ਜਾਂਦੀ, ਚੱਲਾ। ਚਲੋ ਠੀਕ ਹੈ। ਚਾਚੀ ਜੀ ਆਏ ਨੀ ਲੱਗਦਾ ਮੈਨੂੰ, ਹਲੇ ਤੱਕ ਨਹੀਂ, ਕਿੱਥੇ ਰਹਿ ਗਏ ਨੇ? ਮੰਮੀ ਚਾਚੀ ਜੀ ਆਏ ਨੀ ਹਲੇ ਤੱਕ? ਲੈ ਚਾਚੀ ਆ ਵੀ ਗਈ, ਤੁਸੀਂ ਚਾਚੀ ਨੂੰ ਯਾਦ ਕੀਤਾ ਤੇ ਚਾਚੀ ਆ ਗਈ, ਆ ਗਏ ਜੀ, ਹੋ ਗਈਆਂ ਮੇਰੀ ਧੀ ਦੀਆਂ ਤਿਆਰੀਆਂ, ਆਏ ਨਾ ਪਾਣੀ ਨੀ ਪੀਣਾ, ਮੈਂ ਤਾਂ ਰਾਹ ਵਿੱਚ ਉਹ ਪੀ ਕੇ ਆਈ ਆ, ਗੰਨੇ ਦਾ ਜੂਸ ਪੀ ਕੇ, ਭੈਣਾ ਗਰਮੀ ਬੜੀ ਆ, ਮੌਸਮ ਠੰਡਾ ਤੇ ਜ਼ਰੂਰ ਹੋਇਆ, ਪਰ ਅੰਦਰ ਗਰਮੀ ਆ ਮੰਮੀ, ਅੰਦਰ ਕਮਰੇ 'ਚ ਗਰਮੀ। ਮੇਰੀ ਗੱਲ ਸੁਣ ਪੂਜਾ, ਤੂੰ ਵੀ ਇਹਦੇ ਨਾਲ ਹੀ ਚੱਲੀ ਆ? ਹੋਰ ਮੈਂ ਵੀ ਆਇਆ ਨੇ, ਅੱਧੇ ਘੰਟੇ ਤੱਕ ਜਾਣਾ, ਮੈਂ ਚਲੋ ਦੁਪਹਿਰ ਤੱਕ ਨਿਕਲ ਜਾਣਾ, ਮੈਨੂੰ ਵੀ ਨਾ ਕੰਮ ਯਾਦ ਆ ਗਿਆ, ਮੈਂ ਜ਼ਰੂਰੀ ਜਾਣਾ, ਅੱਗੇ 2-3 ਦਿਨ ਤਾਂ ਹੋ ਗਏ ਸਾਨੂੰ ਆਇਆ ਨੂੰ, ਹੁਣ ਜਾਣ ਦਿਓ ਸਾਨੂੰ, ਘਰ ਵੀ ਹੋਰ ਕੰਮ ਹੈਗੇ ਬੜੇ। ਕਿਰਨ ਤੂੰ ਰਹਿ ਪੈਂਦੀ ਪੁੱਤਰ ਥੋੜ੍ਹੀ ਦੇਰ ਹੋਰ। ਚਾਚੀ ਜੀ ਤੁਹਾਨੂੰ ਪਤਾ ਹੀ ਆ ਘਰ ਦਾ ਸਰਦਾ ਨਹੀਂ ਮੇਰੇ ਬਿਨਾਂ, ਇਹ ਵੀ ਫੋਨ ਕਰਨ ਦੇ ਸੀਗੇ ਆ ਜਾ, ਫਿਰ ਮੰਮੀ ਵੀ ਇਕੱਲੇ ਆ, ਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਫੇਰ ਆ ਜਾਂਗੀ। ਪੈਂਚੀ ਬੜੀ ਜਲਦੀ ਆ, ਤੁਸੀਂ ਵੇਖਿਆ ਆਪਣੀ ਸ਼ਰਾਰਤੀ ਜੀ ਕਿਰਨ, ਹੈ ਤੁਹਾਡੇ ਕਿੰਨੀ ਸਮਝਦਾਰ ਹੋ ਗਈ ਆ, ਸਮਝਦਾਰ ਪੂਰੀ ਆਪਣੀ ਮੈਂ ਕਿ ਨਹੀਂ ਦਿਖਾਉਂਦੀ ਆ। ਆ ਧੀਆਂ ਦਾ ਵੇਖ ਲਓ ਕੀ ਹਾਲ ਹੁੰਦਾ, ਜੁੜੀਆਂ ਮਾਵਾਂ ਤੋਂ ਬਿਨਾਂ ਇੱਕ ਮਿੰਟ ਨਹੀਂ ਜੇ ਰਹਿੰਦੀਆਂ, ਤੇ ਉਹ ਵੇਖ ਲਓ ਪੂਰੀ ਆਪਣੀ, ਹੁਣ ਆਪਣੇ ਘਰ ਦੀ ਜ਼ਿੰਮੇਵਾਰੀ ਦਾ ਪਤਾ। ਅੱਛਾ ਚਾਚੀ ਜੀ ਉਹ ਜਿਹੜੀ ਚਟਨੀ ਸੀ ਉਹ ਫਰਿੱਜ 'ਚ ਪਈ, ਇਹਨੂੰ ਦੇ ਦੇਣਾ, ਇੱਥੇ ਨਾ ਰਹਿ ਜਾਵੇ, ਅੰਬੀਆਂ ਦੀ ਚਟਨੀ ਆਈ ਆ ਹੁਣ ਲੈ ਕੇ ਜਾਵੇ, ਯਾਦ ਕਰਦੀ ਵੀ ਸੀ। ਮੇਰੀ ਗੱਲ ਸੁਣ, ਤੂੰ ਤਾਂ ਬੜੀ ਲੇਟ ਆਉਂਦੀ ਆ, ਆ ਜਦੋਂ ਅੰਬੀਆਂ ਲੱਗ ਜਾਂਦੀਆਂ, ਨਿੰਬੂ ਲੱਗ ਜਾਂਦੇ, ਫੋਨ ਕਰ ਦਿੰਦੀ ਆ ਕਿ ਬਸ ਤੋੜ ਦਿਓ ਮੈਂ ਲੈ ਜਾਣਾ ਜੇ, ਤੇ ਫਿਰ ਚਾਚੀ ਜੀ ਉਹ ਲੱਗ ਗਿਆ ਤੇ ਲੱਗ ਗਿਆ ਜੀ, ਤੁਹਾਨੂੰ ਪਤਾ ਮੌਜ ਹੁੰਦੀ ਆ। ਮੈਂ ਤਾਂ ਅਚਾਰ ਵੀ ਤੁਹਾਨੂੰ ਦੇ ਦੇਣਾ ਸੀ, ਪਰ ਭੈਣ ਜੀ ਕਹਿੰਦੇ ਆ ਕਿ ਧੀਆਂ ਨੂੰ ਅਚਾਰ ਨਹੀਂ ਦੇਈਦਾ, ਧੀਆਂ ਨੂੰ ਛੱਡ ਕੇ ਕਿਸੇ ਨੂੰ ਵੀ ਨਹੀਂ ਦੇਈਦਾ ਹੁੰਦਾ, ਪਿਆਰ ਘੱਟਦਾ, ਪਤਾ ਨਹੀਂ ਇਹ ਕਿਸ ਤਰ੍ਹਾਂ ਦੇ ਹੈਗਾ ਹੈ ਨਾ ਸਿਸਟਮ ਜਿਹਾ, ਪਿਆਰ ਅਖੇ ਦੱਸ ਅਚਾਰ ਦੇ ਨਾਲ ਪਿਆਰ ਘੱਟਦਾ,
ਬਾਕੀ ਚੀਜ਼ਾਂ ਦੇ ਇੰਨਾ ਪਿਆਰ ਨਹੀਂ ਘਟਦਾ ਜੇ ਅਚਾਰ ਪੇਕੇ ਦੇ ਦੇਣ ਤੇ ਪਿਆਰ ਘਟ ਜਾਂਦਾ ਏ ਬਾਕੀ ਚੀਜ਼ਾਂ ਆਉਣ ਤੇ ਪਿਆਰ ਵੱਧ ਜਾਂਦਾ ਜੇ ਅੱਛਾ ਦਵਾਂ ਫਿਰ ਨਹੀਂ ਮੈਂ ਕਿਹਾ ਪੂਜਾ ਤੇ ਤੈਨੂੰ ਕਦੇ ਕਾਲੀ ਹੈ ਤੂੰ ਦੂਰ ਰਹਿ ਇਹ ਇੱਕ ਰੌਣਕ ਤੇ ਚੱਲੀ ਦੂਜੀ ਤੇ ਕੋਲ ਰਵੇ ਸਾਡੇ ਉਹ ਨਹੀਂ 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 ਮੈਂ ਫੇਰ ਮੈਂ ਤੇ ਆਂਦੀ ਜਾਂਦੀ ਰਹਿਣਾ ਵਾ ਮੈਂ ਅੱਛਾ ਇੱਕ ਮਿੰਟ ਮੈਂ ਲਿਆਵਾਂ ਭੈਣ ਜੀ ਪਤਾ ਨਹੀਂ ਕਿੱਥੇ ਇੱਕ ਮਿੰਟ ਮੈਂ ਲੈ ਕੇ ਆਈ ਚਾਚੀ ਜੀ ਪਤਾ ਨਹੀਂ ਹੁਣੇ ਤੇ ਆਇਆ ਕੀ ਰਹਿ ਗਿਆ ਜੇ ਕਿਹੜੇ ਚੱਕਰਾਂ ਚ ਪੈ ਗਈਆਂ ਜੇ ਦੋ ਤੁਸੀਂ ਫਿਰ ਜਿਤਨਾ ਤੁਸੀਂ ਮੈਨੂੰ ਕਿਹਾ ਸੀ ਬਹੁਤ ਸੋਹਣੇ ਲਿਆ ਆਹ ਫੜੋ ਆਹ ਬੱਚਿਆਂ ਦੇ ਆਹ ਬੱਚਿਆਂ ਦੇ ਸਾਰੇ ਬੱਚਿਆਂ ਦੇ ਰਹਿਣ ਦੇ ਵਿੱਚ ਹੀ ਰਹਿਣ ਦੇ ਆਪੇ ਦੇਖ ਲਏਗੀ ਅੱਛਾ ਬੱਚਿਆਂ ਦੇ ਆਹ ਫੜੋ ਨਾ ਤੋੜ ਲੈ ਕਿਰਨ ਇਹ ਫੜ ਬੇਟਾ ਆਹ ਪੈਸੇ ਤੇਰੇ ਸੂਟ ਤੇ ਇਹ ਬੱਚਿਆਂ ਦੇ ਕੱਪੜੇ ਆਹ ਫੜ 10 ਰੁਪਏ ਲੈ ਫੜ ਲੱਖ ਫੜ ਫੜ ਲੱਖ ਨਾ ਤੂੰ ਇੰਨੀ ਸਾਲ ਬਾਅਦ ਆਈ ਹੈ ਕੋਈ ਗੱਲ ਨਹੀਂ ਰੱਖ ਤੂੰ ਸਾਲ ਬਾਅਦ ਆਈ ਹੈ ਚਾਚੀ ਜੀ ਪੈਸੇ ਰਹਿਣ ਤੋਂ ਨਹੀਂ ਨਹੀਂ ਰੱਖ ਤੂੰ ਫੜ ਸਾਲ ਬਾਅਦ ਆਈ ਫੜ ਪੂਜਾ ਤੇ ਆਂਦੀ ਰਹਿੰਦੀ ਮੇਰੇ ਕੋਲ ਇਹ ਪੂਜਾ ਤੇ ਆਂਦੀ ਰਹਿੰਦੀ ਦਿਨ ਦੇ ਹਾਲ ਸਾਰਾ ਕੁਝ ਆਲਾ ਫੜ ਆਲਾ ਫੜ ਇਹ ਤੇਰਾ ਹੀ ਆ ਤੇਰਾ ਕੀ ਹੋਈ ਆਲਾ ਪੂਜਾ ਤੇਰਾ ਕੀ ਹੋਈ ਆ ਫੜ ਤੇ ਉਹ ਕੀ ਹੈ ਮੰਮੀ ਡੋਲ ਚ ਉਹ ਦੇਸੀ ਕਿਉਂ ਦੇਸੀ ਕਿਉਂ ਹੋਈ ਹੈ ਤੇ ਆ ਤੇਰਾ ਇਹ ਤੇਰਾ ਹੀ ਠੀਕ ਆ ਹੁਣ ਦੱਸੋ ਕੁਲਚੇ ਖਾਣੇ ਪੂੜੀਆਂ ਖਾਣੀਆਂ ਸਵੇਰੇ ਤੁਸੀਂ ਸੈਂਡਵਿਚ ਖਾ ਲਏ ਸੀ ਹੁਣ ਕੀ ਖਾਣਾ ਇੱਕ ਮਿੰਟ ਚਾਚੀ ਜੀ ਮੰਮੀ ਆ ਕੀ ਹੈ ਮਤਲਬ ਇਹ ਨੀ ਗਾ ਮੰਮੀ ਹਾਂ ਤੁਸੀਂ ਤੇ ਆਪਣੀਆਂ ਚਾਚੀ ਜੀ ਧੀਆਂ ਚ ਫਰਕ ਕਰੀ ਜਾਂਦੇ ਜੇ ਫਰਕ ਕਰਨ ਦੇ ਅਸੀਂ ਕਿੱਥੋਂ ਫਰਕ ਕਰੀਏ ਆ ਵੇਖੋ ਮੈਨੂੰ ਇੱਕ ਸੂਟ ਤੇ ਇੰਨਾ ਜਿਹਾ ਡੱਬਾ ਤੇ ਆ ਕੀ ਆ 1000 ਰੁਪਇਆ ਤੇ ਕਿਰਨ ਨੇ ਤੁਸੀਂ ਇੰਨੀ ਥੱਦੀ ਫੜਾਤੀ ਆ ਤੇ ਨਾਲ ਬੱਚਿਆਂ ਦੇ ਕੱਪੜੇ ਵੀ ਦੇਤੇ ਆ ਪੂਜਾ ਤਰ ਉਹ ਦੇਖੋ ਸਾਲ ਬਾਅਦ ਆਈ ਹੈ ਤੈਨੂੰ ਤੇ ਅਸੀਂ ਸਾਰੇ ਦਿਨ ਦਿਹਾੜ ਭੇਜਣੇ ਆ ਸਾਰਾ ਕੁਝ ਤੇਰੇ ਕੋਲ ਹਮੇਸ਼ਾ ਪਹੁੰਚੀਦਾ ਟਾਈਮ ਨਾਲ ਉਹਦੇ ਸਾਲ ਬਾਅਦ ਆਈ ਉਹਨੂੰ ਕਿਹੜੇ ਦਿਨ ਦਿਹਾੜ ਦਿੰਦੇ ਪਏ ਆ ਤੁਸੀਂ ਜ਼ਿਆਦਾ ਨਾ ਬੋਲੋ ਹਾਂ ਮੈਂ ਦੱਸਦੀ ਪੂਜਾ ਤੇਰੇ ਕਹਿਣ ਦਾ ਕੀ ਮਤਲਬ ਹੈ ਕਿ ਆਪਾਂ ਤੇਰੇ ਨਾਲ ਈਰਖਾ ਕਰਨ ਦੇ ਤੈਨੂੰ ਦੇਣ ਦੇ ਤੇ ਲੱਗਦਾ ਤੇ ਇਹੋ ਹੀ ਪਿਆ ਵਾ ਪੂਜਾ ਨਹੀਂ ਪੁੱਤਰ ਤੂੰ ਕਿਸ ਤਰ੍ਹਾਂ ਸੋਚ ਲਈ ਇਹ ਗੱਲ ਅਸੀਂ ਤੇਰੇ ਨਾਲ ਫਰਕ ਕਰ ਸਕਦੇ ਸਹੀ ਗੱਲ ਪੂਜਾ ਕਹਿਣ ਦੇ ਆ ਕਿ ਤੇਰੇ ਨਾਲ ਆਪਾਂ ਫਰਕ ਕਰ ਸਕਦੇ ਆ ਮੈਨੂੰ ਤੇ ਇਹੀ ਲੱਗਦਾ ਪਿਆ ਉਹ ਵੇਖੋ ਕਿਰਨ ਨੂੰ ਤੁਸੀਂ ਕਿੰਨਾ ਕੁਛ ਬੱਚਿਆਂ ਦੇ ਕੱਪੜੇ ਇੰਨੇ ਥੱਦੀ ਫੜਾਈ ਆ ਤੇ ਮੈਨੂੰ ਤੁਸੀਂ 1000 ਰੁਪਇਆ ਦੇ ਦਿੰਦੇ ਹੋ ਦੀਦੀ ਇਹਨਾਂ ਚੀਜ਼ਾਂ ਦੀ ਕਿਹੜੀ ਗੱਲ ਆ ਤੁਸੀਂ ਇੱਦਾਂ ਕਰੋ ਹਾਂ ਤੁਸੀਂ ਰੱਖ ਲਓ ਮੈਂ ਕੀ ਕਰਨੇ ਜੇ ਇਹਨਾਂ ਚੀਜ਼ਾਂ ਕਰਕੇ ਸਾਡੇ ਦੋਵਾਂ ਦੇ ਭੈਣਾਂ ਦੇ ਪਿਆਰ ਦੇ ਵਿੱਚ ਫੇਕ ਪਵੇ ਮੈਨੂੰ ਨਹੀਂ ਚਾਹੀਦੀਆਂ ਇਹ ਚੀਜ਼ਾਂ ਨਹੀਂ ਨਹੀਂ ਇਹ ਤੈਨੂੰ ਦਿੱਤੇ ਨਾ ਮੰਮੀ ਨੇ ਤੂੰ ਰੱਖ ਤੈਨੂੰ ਥੋੜ੍ਹੀ ਮੈਂ ਕਿਹਾ ਕੁਛ ਇਹ ਤਾਂ ਮੰਮੀ ਨੂੰ ਸੋਚਣਾ ਚਾਹੀਦਾ ਚਾਚੀ ਜੀ ਨੂੰ ਸੋਚਣਾ ਚਾਹੀਦਾ ਬਸ ਕਰ ਹੁਣ ਮੈਂ ਕਦੋਂ ਦੀ ਵੇਖਣ ਡਈ ਹਾਂ ਤੂੰ ਐਵੇਂ ਇੱਕੋ ਗੱਲ ਦੇ ਮਗਰ ਪਈ ਹਾਂ ਕਿ ਉਹਨੂੰ ਜ਼ਿਆਦਾ ਦਿੱਤਾ ਮੈਨੂੰ ਘੱਟ ਦਿੱਤਾ ਮੈਨੂੰ ਇੱਕ ਗੱਲ ਦੱਸ ਤੂੰ ਕਿੰਨੇ ਦਿਨਾਂ ਬਾਅਦ ਆਉਂਦੀ ਹੈ
ਮੈਂ ਤੇ ਆ ਹੀ ਜਾਂਦੀ 10 ਦਿਨ ਬਾਅਦ ਹਫਤੇ ਬਾਅਦ ਆਨੀ ਆ ਨਾ ਕੀ ਲੈ ਕੇ ਜਾਂਦੀ ਆ ਸਾਰਾ ਕੁਝ ਹੀ ਵੈਸੇ ਲੈ ਕੇ ਜਾਂਦੀ ਸਾਰਾ ਕੁਝ ਲੈ ਕੇ ਜਾਂਦੀ ਨਾ ਮੈਨੂੰ ਇਹ ਗੱਲ ਦੱਸ ਕਿ ਜਦੋਂ ਤੇਰੇ ਬੱਚਿਆਂ ਦੇ ਜਨਮ ਦਿਨ ਹੁੰਦੇ ਆ ਜਦੋਂ ਹੈਪੀ ਦਾ ਜਨਮ ਦਿਨ ਹੁੰਦਾ ਜਦੋਂ ਤੇਰਾ ਜਨਮ ਦਿਨ ਹੁੰਦਾ ਤੈਨੂੰ ਭਲਾ ਆਪਾਂ ਕੁਝ ਨਹੀਂ ਦਿੰਦੇ ਬੋਲ ਤੇਜ ਮੇਰੀ ਗੱਲ ਦਾ ਜਵਾਬ ਦਿੰਦੇ ਹੋ ਦਿੰਦੇ ਨਾ ਇਹ ਦੱਸ ਸਾਲ ਮਗਰੋਂ ਆਈ ਆ ਨਾ ਇਹ ਵਿਚਾਰੀ ਨੂੰ ਇਹਦੀ ਐਨੀਵਰਸਰੀ ਦਾ ਗਿਫਟ ਮਿਲਦਾ ਨਾ ਇਹਦੇ ਜਨਮਦਿਨ ਦਾ ਗਿਫਟ ਮਿਲਦਾ ਨਾ ਇਹਦੇ ਬੱਚਿਆਂ ਦੇ ਜਨਮਦਿਨ ਦਾ ਗਿਫਟ ਮਿਲਦਾ ਇੱਥੋਂ ਤੱਕ ਕਿ ਜੇ ਵਿਚਾਰੀ ਕਿਸੇ ਰਿਸ਼ਤੇਦਾਰ ਦੇ ਵਿਆਹ ਵੀ ਸਾਦੀ ਆ ਸੜਕ ਉਹ ਵੀ ਨਹੀਂ ਜਾਇਆ ਜਾਂਦਾ ਪਰ ਤੇਰੇ ਤਾਂ ਆਪਾਂ ਹਰ ਸੁੱਖ ਦੁੱਖ 'ਚ ਪਹੁੰਚਦੇ ਹਾਂ ਨਾ ਹਰ ਤੇਰੇ ਦਿਨ ਦਿਹਾੜ 'ਚ ਪਹੁੰਚਦੇ ਹਾਂ ਨਾ ਜਦੋਂ ਕਹੀਏ ਦੀਵਾਲੀ ਆ ਗਈ ਆ ਤੇਰੇ ਕੋਲ ਆਉਣ ਲੱਗੇ ਆ ਕਹੋਗੀ ਮੰਮੀ ਕੋਈ ਗੱਲ ਨਹੀਂ ਇੱਕ 500 ਰੁਪਏ ਦੇ ਡੱਬੇ ਪਿੱਛੇ ਤੁਸੀਂ ਏਡੀ ਦੂਰ ਮੇਰੇ ਕੋਲ ਆ ਕੇ ਕੀ ਕਰਨਾ ਤੁਸੀਂ ਕੋਈ ਗੱਲ ਨਹੀਂ ਅਤੇ ਜੇ ਅੱਜ ਉਹਨੂੰ ਦੇ ਦਿੱਤਾ ਤੈਨੂੰ ਇਹ ਚੀਜ਼ ਖੱਟਣ ਲੱਭੀ ਆ ਹਰ ਮਹੀਨੇ ਹਰ ਹਫ਼ਤੇ ਹਰ 10 ਦਿਨਾਂ ਬਾਅਦ ਤੂੰ ਘਿਓ ਖੜਦੀ ਆ ਤੂੰ ਅਚਾਰ ਤੂੰ ਖੜਦੀ ਆ ਇਹਨੂੰ ਕੀ ਦੇਈਦਾ ਦੱਸ ਤੂੰ ਲੈ ਕੇ ਜਾਂਦੀ ਨਾ ਹਰ ਚੀਜ਼ ਹਰ ਚੀਜ਼ ਲੈ ਕੇ ਜਾਂਦੀ ਆ ਇੱਥੋਂ ਤੱਕ ਹੀ ਮੈਨੂੰ ਫੋਨ ਵੀ ਕਰ ਦਿੰਦੀ ਆ ਆਪਣੀ ਮਾਂ ਨੂੰ ਫੋਨ ਕਰ ਦਿੰਦੀ ਆ ਕਿ ਅੱਜ ਰਾਤ ਦੀ ਰੋਟੀ ਮੰਮੀ ਆਪਾਂ ਚਾਚੀ ਜੀ ਤੁਹਾਡੇ ਵੱਲੇ ਖਾਣੀ ਆ ਇਹ ਵਿਚਾਰੀ ਹਾਂ ਚਾਚੀ ਜੀ ਸੋਰੀ ਚਾਚੀ ਜੀ ਸੋਰੀ ਮੰਮੀ ਤੁਸੀਂ ਸਹੀ ਕਹਿੰਦੇ ਪਏ ਤੈਨੂੰ ਸਮਝ ਆ ਗਈ ਇਹ ਬੜੀ ਵੱਡੀ ਗੱਲ ਮੈਂ ਤੇ ਆ ਭੁੱਲ ਹੀ ਗਈ ਸੀ ਕਿ ਵੇਖੋ ਤੁਸੀਂ ਹਰ ਹਫਤੇ ਮੈਂ ਆਨੀ ਆ ਕੋਈ ਨਾ ਕੋਈ ਤਿਉਹਾਰ ਆਉਂਦਾ ਉਹ ਤੇ ਵਿਚਾਰੀ ਸਾਲ ਬਾਅਦ ਆਈ ਆ ਤੇ ਉਹਦਾ ਤੇ ਦੇਣਾ ਬਣਦਾ ਹੀ ਆ ਹਾਂ ਸੋਰੀ ਚਾਚੀ ਜੀ ਸੋਰੀ ਮੰਮੀ ਮੈਨੂੰ ਤਾਂ ਇਹ ਭੁੱਲ ਹੀ ਗਿਆ ਸੀ ਕਿ ਮੈਂ ਤੇ ਰੋਜ਼ ਵਾਲਾ ਹਿਸਾਬ ਹੋ ਗਿਆ ਹਫਤੇ ਬਾਅਦ 10 ਦਿਨ ਨਹੀਂ ਆਉਂਦੀ ਆ ਕੋਈ ਦਿਨ ਦਿਹਾੜਾ ਆਇਆ ਤੁਸੀਂ ਆਉਂਦੇ ਹੀ ਰਹਿੰਦੇ ਹੋ ਉਹ ਵੀ ਕੁਛ ਨਾ ਕੁਛ ਦਿੰਦੇ ਹੀ ਹੋ ਮੈਨੂੰ ਕਦੀ ਖਾਲੀ ਨਹੀਂ ਜਾਣ ਦਿੱਤਾ ਅਤੇ ਸਹੀ ਗੱਲ ਆ ਉਹ ਤਾਂ ਵਿਚਾਰੀ ਸਾਲ ਬਾਅਦ ਆਈ ਆ ਅਤੇ ਉਹਦਾ ਤਾਂ ਹੁਣ ਸਾਡਾ ਫਰਜ਼ ਬਣਦਾ ਸੀ ਪਤਾ ਨਹੀਂ ਮੇਰੇ ਦਿਮਾਗ 'ਚ ਕਿੱਥੋਂ ਗੱਲ ਆ ਗਈ ਇਹ ਤਾਂ ਕਿਰਨ ਨੂੰ ਦੇਣਾ ਬਣਦਾ ਹੀ ਹੈ ਅਤੇ ਮੈਂ ਤਾਂ ਕੁਛ ਨਾ ਕੁਛ ਖੜ੍ਹਦੀ ਰਹਿੰਦੀ ਹਾਂ ਐਨੀਵਰਸਰੀ ਹਜੇ ਹੁਣ ਮੇਰੀ ਲੰਘ ਕੇ ਗਈ ਆ ਪਿਛਲੇ ਮਹੀਨੇ ਉਹਦਾ ਵੀ ਤੁਸੀਂ ਕਿੰਨਾ ਕੁਛ ਕਰ ਗਏ ਮੈਨੂੰ ਤਾਂ ਆਪ ਇਹ ਚੇਤਾ ਭੁੱਲ ਗਿਆ ਸੀ ਮੈਂ ਤਾਂ ਸਗੋਂ ਆਪ ਉਹਨੂੰ ਇੰਨਾ ਕੁਛ ਦਿੰਦੀ ਪਈ ਹਾਂ ਅਤੇ ਮੇਰੇ ਮਨ 'ਚ ਪਤਾ ਨਹੀਂ ਕਿੱਥੋਂ ਗੱਲ ਆ ਗਈ ਬਸ ਕਰ ਪੁੱਤ ਤੇਰੇ ਮਨ 'ਚ ਆ ਗਈ ਗੱਲ ਖਾਏ ਕਸਮਾਂ ਸੋਰੀ ਕਿਰਨ ਤੂੰ ਗੁੱਸਾ ਨਾ ਕਰੀ ਮੇਰੀਆਂ ਗੱਲਾਂ ਦਾ ਮਾਈਂਡ ਨਾ ਕਰੀ ਵੱਡੀਆਂ ਭੈਣਾਂ ਦਾ ਕੌਣ ਗੁੱਸਾ ਕਰਦਾ ਹਾਂ ਪਤਾ ਨਹੀਂ ਆ ਕਿਉਂ ਗੱਲਾਂ ਮੇਰੇ ਦਿਮਾਗ 'ਚ ਆ ਗਈਆਂ ਵੀ ਤੈਨੂੰ ਜ਼ਿਆਦਾ ਦੇਤਾ ਮੈਨੂੰ ਘੱਟ ਦੇਤਾ ਜੇ ਮੈਂ ਹਿਸਾਬ ਲਾਣ ਬਵਾਂ ਤਾਂ ਲੱਗਦਾ ਮੇਰਾ ਹੀ ਜ਼ਿਆਦਾ ਬੰਦਾ ਅਤੇ ਤੈਨੂੰ ਤਾਂ ਕੁਛ ਦਿੱਤਾ ਹੀ ਨਹੀਂ ਚੱਲ ਤੈਨੂੰ ਇੰਨੀ ਗੱਲ ਮਹਿਸੂਸ ਹੋ ਗਈ ਇੰਨਾ ਹੀ ਬੜਾ ਹੁਣ ਦੱਸ ਤੂੰ ਕਿਰਨ ਦੇ ਕੱਪੜੇ ਖੜਨੇ ਕਿ ਇੰਨਾ ਖੜਨਾ ਨਹੀਂ ਮੈਂ ਤਾਂ ਇੰਨਾ ਹੀ ਖੜਨਾ ਤੇ ਇਹ ਵੀ ਤੁਸੀਂ ਰੱਖੋ ਇਸ ਕਿਰਨ ਨੂੰ ਦਿਓ ਸਗੋਂ ਉਹਨੇ ਜਾਂਦੀ ਤੇ ਹੋਰ ਕੋਈ ਕੰਮ ਆ ਜਾਏਗੀ ਚੀਜ਼ ਮੈਂ ਨਹੀਂ ਲੈ ਕੇ ਜਾਣੇ ਪੈਸੇ ਪੂਸੇ ਸੂਟ ਤਾਂ ਮੈਂ ਜ਼ਰੂਰ ਸਵਾਉਣਾ ਹੈਗਾ ਵੈ ਘਿਓ ਵੀ ਮੈਂ ਦੇਸੀ ਘਿਓ ਸਬਜ਼ੀਆਂ 'ਚ ਪਾ ਕੇ ਖਾਣਾ ਵੈ ਹੈ ਨਾ ਵੀ ਕਿਤੇ ਕਿਰਨ ਮੇਰੇ ਨਾਲ ਜ਼ਿਆਦਾ ਮੋਟੀ ਨਾ ਆ ਜਾਵੇ ਜਿਹੜੀ ਦੂਰ ਵਾਲੀ ਆ ਉਹਨੂੰ ਵਿਚਾਰੀ ਨੂੰ ਵਰੇ ਸਮਾਈ ਮਿਲਦਾ ਹੈਗਾ ਪਰ ਜਦੋਂ ਦੇਣ ਲੈਣ ਕਰੀ ਨਾ ਕਈ ਭੈਣਾਂ ਸਾਰੀਆਂ ਨੀ ਮੈਂ ਵੀ ਇਹੀ ਕਹਿਣ ਲੱਗੀ ਸਾਰੇ ਨਾ ਸੋਚਣ ਕਿ ਨਹੀਂ ਸਾਡੇ ਤੇ ਗਿਆ ਕਈ ਭੈਣਾਂ ਇਸ ਤਰ੍ਹਾਂ ਕਰਦੀਆਂ ਕਿ ਤੁਸੀਂ ਉਹਨੂੰ ਵੱਧ ਦਿੱਤਾ ਘੱਟ ਦਿੱਤਾ ਪਰ ਤੁਸੀਂ ਲਾ ਕੇ ਵੇਖੋ ਜੀ ਜੋ ਕੁਝ ਅੱਜ ਮੈਨੂੰ ਦਿੱਤਾ ਨਾ ਉਹ ਤੋਂ ਵੱਧ ਲੈ ਜਾਂਦੀ ਲਾਗੇ ਵਾਲੀਆਂ ਇੱਥੋਂ ਤੱਕ ਕਿ ਸਰਦੀਆਂ ਦੇ ਵਿੱਚ ਲਾਗੇ ਵਾਲੀਆਂ ਟਿਕਣ ਨਹੀਂ ਦਿੰਦੀਆਂ ਕਦੀ ਸਾਗ ਬਣ ਗਈ ਕਦੀ ਪੰਜੀਰੀ ਬਣ ਗਈ ਬੇਸਨ ਬਣ ਗਈ ਕਈ ਕੁਝ ਬਣਦਾ ਰਹਿੰਦਾ ਹੱਲੇ ਕੀ ਦੇਖੋ ਸਟੋਰੀ 'ਚ ਦਿਖਾਇਆ ਗਿਆ ਕਿ ਵੱਡੀ ਭੈਣ ਆਪ ਛੋਟੀ ਦੀ ਮਦਦ ਕਰ ਰਹੀ ਹੈ ਫਿਰ ਵੀ ਪਤਾ ਨਹੀਂ ਕਿਉਂ ਗੱਲ ਉਹਦੇ ਦਿਮਾਗ 'ਚ ਆ ਗਈ ਅਸਲ 'ਚ ਪਤਾ ਕੀ ਲਾਲਚ ਆ ਗਿਆ
ਇੱਕ ਸੂਟ ਤੇ ਛੋਟੇ ਘਿਓ ਦੇਸੀ ਦਾ ਡੱਬਾ ਵੇਚ ਕੇ। ਚਲੋ ਜੀ, ਜੇ ਸਾਡੀ ਤੁਹਾਨੂੰ ਸਟੋਰੀ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ, ਤੇ ਬਾਕੀ ਕਈ ਜਣੇ ਸਟੋਰੀਆਂ ਵੇਖਦੇ ਆ ਪਰ ਸਬਸਕ੍ਰਾਈਬ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਚੈਨਲ, ਤੇ ਪਲੀਜ਼ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਕਿਉਂਕਿ ਇੰਨੀ ਜ਼ਿਆਦਾ ਗਰਮੀ ਆਪਾਂ ਪੱਕੇ ਕਰਕੇ ਸ਼ੂਟ ਕਰਦੇ ਤੇ ਬਹੁਤ ਜ਼ਿਆਦਾ ਮਿਹਨਤ ਵੀ ਲੱਗਦੀ ਹੈ ਸਟੋਰੀ ਬਣਾਉਣ ਦੇ ਵਿੱਚ। ਇਹ ਪੂਜਾ ਜੀ ਨੂੰ ਇੰਨੀ ਕਾਹਲੀ, ਇਹਨਾਂ ਨੇ ਮੈਰਿਜ 'ਤੇ ਜਾਣਾ ਪਰ ਫਿਰ ਵੀ ਥੈਂਕਸ ਕਰਦੇ ਇਹਨਾਂ ਦਾ ਜਾਣ ਤੋਂ ਪਹਿਲਾਂ ਪਹਿਲਾਂ ਇਹ ਕਹਿੰਦੇ ਮੈਂ ਆਪਣਾ ਸੀਨ ਦੇ ਕੇ ਜ਼ਰੂਰ ਜਾਣਾ। ਥੈਂਕ ਯੂ ਸੋ ਮੱਚ ਜੀ, ਥੈਂਕ ਯੂ ਸੋ ਮੱਚ, ਥੈਂਕ ਯੂ ਜੀ।